ਜਿਹੜੇ ਆਪਦੇ ਘਰ ਨਹੀਂ ਪਹੁੰਚ ਸਕੇ ਉਹਨਾਂ ਨੂੰ ਤੁਸੀਂ ਕੋਈ ਮੀਡੀਆ ਦੇ ਵਿੱਚ ਲਾਓ, ਉਹਨਾਂ ਦੀ ਕੋਈ ਖਬਰ ਪਾਓ। ਮਨਕੀਰ ਔਲਖ ਦੀ ਫਲਾਣਾ ਢੀਂਗੜਾ ਨਿਊਜ਼ ਜੀ ਮੈਂ ਸਵੇਰੇ ਵੇਖਿਆ, ਉਹਨਾਂ ਨੇ ਚਾਬੀ ਚੱਕੀ ਚੰਡੀਗੜ੍ਹ ਨੂੰ ਚਲ ਗਿਆ ਅਤੇ ਉੱਥੇ ਉਹਨੇ ਕੋਈ ਮਿਊਜ਼ਿਕ ਮਿਊਜ਼ਿਕ ਲਾਇਆ ਹੋਣਾ ਜਿਵੇਂ ਕਹਿੰਦੇ ਆ, ਮੈਂ ਨਿਊਜ਼ 'ਚ ਦੇਖਿਆ। ਮੈਂ ਬਾਅਦ 'ਚੋਂ ਤੋਂ ਪੁੱਛਿਆ ਵੀ। ਸੋ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ, ਠੀਕ ਹੋ? ਅਤੇ ਅੱਜ ਯਾਰ ਮੈਂ ਨਾ ਲਾਈਵ ਹੋਇਆ ਇੱਕ ਸਪੈਸ਼ਲ ਕਹਿਣ ਲਈ, ਇੱਕ ਮੰਨ ਲਓ ਮੁੱਦਾ ਹੀ ਲਾ ਲਓ ਯਾਰ। ਆਪਣਾ ਮੀਡੀਆ ਵਾਲਿਆਂ ਨੂੰ ਮੇਰੀ ਬੇਨਤੀ ਹੈ ਯਾਰ, ਪਲੀਜ਼ ਸੁਧਰੋ ਯਾਰ। ਪਤਾ ਕੀ ਆ, ਮੀਡੀਆ ਇੱਕ ਦੇਸ਼ ਦੀ ਬੜੀ ਵਧੀਆ ਚੀਜ਼ ਹੁੰਦੀ ਆ, ਬਿਕੋਜ਼ ਸਾਰੇ ਬੰਦ ਜਦੋਂ ਆਪਾਂ ਸੋਨੇ ਆ ਉੱਠਦੇ ਹਾਂ ਨਾ, ਵੀ ਵਧੀਆ ਖਬਰ ਵੇਖੀਏ ਕੀ ਆ ਕੀ ਨਹੀਂ। ਪਲੀਜ਼ ਆ ਮੀਡੀਆ ਨੂੰ ਬੇਨਤੀ ਹੈ ਯਾਰ, ਫਾਲਤੂ ਜਿਹੀਆਂ ਖਬਰਾਂ, ਵਿਹਲੀਆਂ ਜਿਹੀਆਂ ਖਬਰਾਂ ਉਹ ਲਾਓ। ਆ ਕਰੋਨਾ ਦੇ ਵਿੱਚ ਐਡੀ ਵੱਡੀ ਮਹਾਂਮਾਰੀ ਹੋਈ ਆ, ਜਿਹੜੇ ਬੰਦੇ ਆਪਦੇ ਘਰ ਨਹੀਂ ਜਾ ਸਕੇ, ਜਿਹਨਾਂ ਨੂੰ ਸਾਧਨ ਨਹੀਂ ਪ੍ਰੋਵਾਈਡ ਹੋਏ, ਉਹ ਵਿਚਾਰੇ ਅੱਜ ਵੀ ਮਹੀਨਾ ਹੋ ਗਿਆ ਸੜਕਾਂ 'ਤੇ ਜਾ ਰਹੇ ਨੇ, ਉਹਨਾਂ ਨੂੰ ਤੁਸੀਂ ਮੀਡੀਆ 'ਚ ਲਾਓ ਨਾ, ਉਹ ਗਰੀਬਾਂ ਨੂੰ ਜਿਹੜੇ ਆਪਦੇ ਘਰ ਨਹੀਂ ਪਹੁੰਚ ਸਕੇ ਉਹਨਾਂ ਨੂੰ ਤੁਸੀਂ ਕੋਈ ਮੀਡੀਆ ਦੇ ਵਿੱਚ ਲਾਓ, ਉਹਨਾਂ ਦੀ ਕੋਈ ਖਬਰ ਪਾਓ। ਆਪਣੇ ਕੋਈ ਰਿਸ਼ਤੇਦਾਰੀ 'ਚ ਕੋਈ ਬੰਦੇ ਕੋਈ ਬਿਮਾਰ ਸੀ ਅਤੇ ਆਪਣਾ ਅਤੇ ਇੱਕ ਉਹ ਚੀਜ਼ ਕਹਿਤੀ ਵੀ ਮਨਕੀਰ ਔਲਖ ਦੀ ਫਲਾਣਾ ਢੀਂਗੜਾ ਨਿਊਜ਼ ਜੀ ਮੈਂ ਸਵੇਰੇ ਵੇਖਿਆ ਅਤੇ ਮੈਂ ਉੱਧਰ ਪਤਾ ਲੈਣ ਗਿਆ ਹੋਇਆ ਸੀ ਉਹਨਾਂ ਦਾ, ਅਤੇ ਮੈਂ ਪਿੱਛੋਂ ਪਤਾ ਲੈਣ ਗਿਆ ਅਤੇ ਮੇਰਾ ਇੱਕ ਕਜ਼ਨ ਆ, ਉਹ ਮੇਰਾ ਛੋਟਾ ਭਰਾ ਆ, ਅਤੇ ਉਹ ਗੱਡੀ ਲੈ ਕੇ ਕਿਤੇ ਚੰਡੀਗੜ੍ਹ ਨੂੰ ਗਿਆ ਹੈ। ਕਿਤੇ ਉਹਨਾਂ ਗੱਡੀ ਦੇ ਵਿੱਚ ਪੇਪਰ ਕੀ ਹੁੰਦਾ, ਜਦੋਂ ਆਪਾਂ ਵਾਸ਼ਿੰਗ ਵੂਸ਼ਿੰਗ ਕਰਾਉਂਦੇ ਹਾਂ, ਉਹਦੇ ਪੇਪਰ ਪੂਪਰ ਕਿਤੇ ਕਢਾਏ ਸੀ, ਉਹਨੂੰ ਨਹੀਂ ਪਤਾ ਹੋਣਾ ਕਿਉਂਕਿ 5-6 ਗੱਡੀਆਂ, ਅਤੇ ਮੈਂ ਕਦੇ ਇੱਕ ਗੱਡੀ ਅਤੇ ਜ਼ਿਆਦਾ ਨਹੀਂ ਜਾਂਦਾ, ਕਦੇ ਕਿਤੇ ਚੱਲ ਗਿਆ ਕਿਤੇ ਕਿਤੇ ਚੱਲ ਗਿਆ ਹੈ ਨਾ। ਅਤੇ ਉਹ ਵਿਚਾਰਾ ਪਿੱਛੋਂ ਘਰੋਂ ਆਇਆ, ਅਸੀਂ ਕਿਤੇ ਗਏ ਹੋਏ ਸੀ ਸਾਰੇ, ਪਿੱਛੋਂ ਘਰੋਂ ਆਇਆ, ਉਹਨੇ ਚਾਬੀ ਚੱਕੀ ਚੰਡੀਗੜ੍ਹ ਨੂੰ ਚੱਲ ਗਿਆ ਅਤੇ ਉੱਥੇ ਉਹਨੇ ਕੋਈ ਮਿਊਜ਼ਿਕ ਮਿਊਜ਼ਿਕ ਲਾਇਆ ਹੋਣਾ ਜਿਵੇਂ ਕਹਿੰਦੇ ਆ, ਮੈਂ ਨਿਊਜ਼ 'ਚ ਦੇਖਿਆ। ਮੈਂ ਬਾਅਦ 'ਚੋਂ ਤੋਂ ਪੁੱਛਿਆ ਵੀ ਮਿਊਜ਼ਿਕ ਮਿਊਜ਼ਿਕ ਲਾਇਆ ਹੋਣਾ, ਅਤੇ ਉਹ ਤੋਂ ਕਾਗਜ਼ ਪੁੱਛਿਆ ਹੋਣਾ, ਲਾਇਸੈਂਸ ਉਹਦੇ ਕੋਲ ਹੈ ਨਹੀਂ ਸੀ ਮੌਕੇ 'ਤੇ, ਅਤੇ ਗੱਡੀ ਦਾ ਉਹਦੇ ਕੋਲ ਪੇਪਰ ਹੈ ਨਹੀਂ ਸੀ, ਕੋਈ ਆਰ ਸੀ ਨਹੀਂ ਸੀ ਕਿਉਂਕਿ ਆਰ ਸੀ ਘਰੇ ਪਈ ਸੀ ਹੈ ਨਾ। ਅਤੇ ਪੁਲਿਸ ਦਾ ਕੰਮ ਆ, ਪੁਲਿਸ ਨੇ ਨਾਕੇ 'ਤੇ ਰੋਕਿਆ, ਪੁਲਿਸ ਦਾ ਕੰਮ ਆ ਚਲਾਣ ਕੱਟਣਾ। ਕੋਈ ਮਨਕੀਰ ਔਲਖ, ਮੈਂ ਸਿੰਗਰ ਹਾਂ, ਮੈਂ ਕੋਈ ਰੱਬ ਨਹੀਂ ਹਾਂ, ਅਤੇ ਜਿਹੜੇ ਕੋਲ ਵੀ ਕਾਗਜ਼ ਨਹੀਂ ਹੋਣਗੇ ਉਹਦਾ ਚਲਾਣ ਵੀ ਕੱਟਿਆ ਜਾਏਗਾ, ਅਤੇ ਉਹ ਚੀਜ਼ ਬਾਉਂਡ ਵੀ ਹੋਊਗੀ ਜੇ ਤੁਸੀਂ ਕੋਈ ਮੌਕੇ ਦੇ ਕਾਗਜ਼ ਨਾ ਦਿਖਾਓਗੇ। ਉਹਨੇ ਮੇਰੇ ਕਜ਼ਨ ਨੇ ਕੋਈ ਮੌਕੇ ਦੇ ਕਾਗਜ਼ ਨਹੀਂ ਦਿਖਾਇਆ, ਮੌਕੇ ਦੇ ਕਾਗਜ਼ ਨਹੀਂ ਦਿਖਾਇਆ, ਅਤੇ ਪੁਲਿਸ ਵਾਲੇ ਨੇ ਗੱਡੀ ਬਾਉਂਡ ਕਰ ਲਈ, ਸਿੱਧੀ ਜਿਹੀ ਗੱਲ ਹੈ ਨਾ, ਅਤੇ ਗੱਡੀ ਬਾਉਂਡ ਕਰ ਲਈ, ਮੈਨੂੰ ਪਤਾ ਵੀ ਨਹੀਂ ਅਤੇ ਨਾ ਹੀ ਮੈਨੂੰ ਉਹਨੇ ਦੱਸਿਆ। ਮੈਨੂੰ ਤਾਂ ਹੁਣ ਪਤਾ ਲੱਗਿਆ, ਮੈਂ ਹੁਣ ਉਹਨੂੰ ਫੋਨ ਕੀਤਾ, ਮੈਂ ਯਾਰ ਕੀ ਗੱਲ ਹੋਈ, ਕਹਿੰਦਾ ਵੀਰੇ ਆਹ ਗੱਲ ਹੋ ਗਈ ਸੀ, ਕੱਲ੍ਹ ਨੂੰ ਕੋਈ ਨਹੀਂ ਅਸੀਂ ਵੀ ਆਪੇ ਹੀ ਛੁਡਵਾ ਲਿਆਵਾਂਗੇ, ਮੇਰਾ ਲਾਇਸੈਂਸ ਵੀ ਮੇਰੇ ਕੋਲ ਹੈ ਨਹੀਂ ਸੀ, ਘਰੇ ਸੀ, ਅਤੇ ਵੀ ਕੱਲ੍ਹ ਨੂੰ ਛੁਡਵਾ ਲਿਆਵਾਂਗੇ, ਤੁਹਾਨੂੰ ਕਿਉਂ ਦੱਸਣਾ। ਅਤੇ ਪਰ ਮੈਨੂੰ ਦੱਸਣ ਵਾਲੀ ਆਪਣੀ ਮੀਡੀਆ ਹੈਗੀ ਆ, ਮੀਡੀਆ ਵਾਲਿਆਂ ਨੂੰ ਪਲੀਜ਼ ਮੇਰੀ ਬੇਨਤੀ, ਹੱਥ ਬੰਨ੍ਹ ਕੇ ਯਾਰ ਐਂ ਨਾ ਕਰੋ, ਐਂ ਨਾ ਕਰੋ। ਤਾਂ ਹੀ ਆਪਣੇ ਆਪਾਂ ਕਹਿੰਦੇ ਹਾਂ ਨਾ, ਆਪਣੇ ਲੋਕ ਕੈਨੇਡਾ ਨੂੰ ਕਿਉਂ ਭੱਜਦੇ ਆ, ਆਪਣੇ ਲੋਕ ਅਮੈਰੀਕਾ ਨੂੰ ਕਿਉਂ ਭੱਜਦੇ ਆ, ਯਾਰ ਤੁਸੀਂ ਭਰਾ ਇਹੋ ਜਿਹੀਆਂ ਗੱਲਾਂ ਕਰਕੇ ਭਜਾਉਂਦੇ ਹੋ। ਮੇਰਾ ਭਰਾ ਬਣ ਕੇ ਰਿਕੁਐਸਟ ਆ, ਨਾ ਇੱਦਾਂ ਦੀਆਂ ਨਾ ਗੱਲਾਂ ਕਰੋ, ਕਿਉਂਕਿ ਮਨਕੀਰ ਔਲਖ ਦੀ ਗੱਡੀ ਆ, ਉਹ ਉੱਥੇ ਚੱਲ ਗਈ, ਬਾਉਂਡ ਹੋ ਗਈ, ਜਵਾਕ ਲੈ ਕੇ ਗਿਆ, ਪੇਪਰ ਨਹੀਂ ਹੈਗੇ, ਪੁਲਿਸ ਨੇ ਬਾਉਂਡ ਹੀ ਕਰਨੀ ਆ, ਅਤੇ ਪੁਲਿਸ ਹੋਰ ਕੀ ਕਰੂਗੀ। ਅਤੇ ਤੁਸੀਂ ਯਾਰ ਨਿਊਜ਼ਾਂ ਬਣਾ ਕੇ ਜੀ, ਉਹ ਮੈਂ 7-8 ਉਹ ਚੈਨਲ ਆਇਆਂ 'ਤੇ ਵੇਖ ਲਿਆ, ਮਨਕੀਰ ਔਲਖ ਦੀ ਗੱਡੀ ਜੀ ਬਾਉਂਡ ਕਰਤੀ ਜੀ, ਮੈਂ ਕਰਕੇ ਜੀ ਮੌਕੇ 'ਤੇ, ਪਰ ਉਹ ਨਹੀਂ ਸੀ। ਕੀ ਤੁਸੀਂ ਯਾਰ ਭਰਾ ਕੀ ਸਬੂਤ ਕੀ ਕਰਨਾ ਚਾਹੁੰਦੇ ਹੋ, ਉਹ ਵੀ ਤੁਸੀਂ ਕਹਿ ਦਿਓ ਵੀਰੇ। ਤੁਹਾਨੂੰ ਮੇਰੀ ਪਲੀਜ਼ ਰਿਕੁਐਸਟ ਆ, ਮੈਨੂੰ ਇਹ ਵੱਡੇ ਚੈਨਲਾਂ ਦੇ ਜਿਹੜੇ ਮੁੰਡੇ ਜਿਹੜੇ ਬੰਦੇ ਇਹਨੂੰ ਔਨ ਕਰਦੇ ਇਹਦੇ ਮਾਲਕ ਆ, ਉਹਨਾਂ ਨੂੰ ਵੀ ਰਿਕੁਐਸਟ ਆ ਵੀ ਵੱਡੇ ਵੀਰ ਹੱਥ ਮਲ ਕੇ ਰਿਕੁਐਸਟ ਕਰਦਾ ਪਲੀਜ਼ ਆ, ਜਿਹੜੇ ਥੱਲੇ ਰਿਪੋਰਟਰ ਆ, ਕਿਉਂਕਿ ਮੇਰੇ ਆਪਦੇ ਬੜੇ ਫਰੈਂਡ ਆ ਯਾਰ ਰਿਪੋਰਟਰ, ਬੜੇ ਘੈਂਟ ਘੈਂਟ, ਅਤੇ ਅਸੀਂ ਅਕਸਰ ਮਿਲਦੇ ਹਾਂ, ਬਹਿੰਦੇ ਹਾਂ ਹੈ ਨਾ। ਅਤੇ ਮੈਂ ਉਹਨਾਂ ਨੂੰ ਵੀ ਕਿਹਾ, ਮੈਂ ਯਾਰ ਆ ਕੀ ਕੋਈ ਹਰਕਤ ਥੋੜ੍ਹੀ ਹੋਈ, ਅਤੇ ਪਰ ਕੋਈ ਸਵਾਦ ਜਿਹੀ ਵਾਲੀ ਗੱਲ ਨਹੀਂ ਯਾਰ, ਮੈਂ ਨਾ ਬਿਨਾਂ ਗੱਲੋਂ ਪਲੀਜ਼ ਬਿਨਾਂ ਗੱਲੋਂ ਨਾ ਹੱਥ ਬੰਨਦਾ, ਬਿਨਾਂ ਗੱਲੋਂ ਖਾਜ ਨਾ ਕਰਿਆ ਕਰੋ, ਆ ਬਿਨਾਂ ਗੱਲੋਂ ਮੁੱਦੇ ਜੇ ਉਵੇਂ ਬਿਨਾਂ ਗੱਲੋਂ ਨਾ ਛਾਲਿਆ ਕਰੋ, ਐਵੇਂ ਨਾ ਕਰਿਆ ਕਰੋ। ਜੇ ਤੁਸੀਂ ਕੁਛ ਕਰਨਾ ਆ, ਮੈਂ ਤੁਹਾਨੂੰ ਦੱਸਿਆ ਜਿਹੜੇ ਆ ਕਰੋਨਾ ਦੇ ਵਿੱਚ ਬੰਦੇ ਜਿਹੜੇ ਘਰ ਨਹੀਂ ਪਹੁੰਚ ਸਕੇ, ਜਿਹੜੇ ਸੜਕਾਂ 'ਤੇ ਵਿਚਾਰੇ, ਜਿਹਨਾਂ ਨੂੰ ਅਜੇ ਮਹੀਨਾ ਹੋ ਗਿਆ, ਜਿਹਨਾਂ ਕੋਲ ਪਾਣੀ ਦਾ ਜੁਗਾੜ ਨਹੀਂ, ਜਿਹਨਾਂ ਕੋਲ ਕੋਈ ਖਾਣ ਦਾ ਜੁਗਾੜ ਨਹੀਂ, ਤੁਸੀਂ ਇੰਨੇ ਹੈਗੇ, ਉਹਨਾਂ ਲਈ ਫੂਡ ਲੈ ਕੇ ਜਾਓ, ਉਹਨਾਂ 'ਤੇ ਕੁਛ ਕੈਮਰੇ ਰੱਖੋ, ਜਿਹੜੀ ਚੀਜ਼ ਆਪਾਂ ਨੂੰ ਲੋੜ ਆ, ਆਹ ਚੀਜ਼ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਜੀ, ਉਹਦੀ ਫਲਾਣੇ ਦੀ ਹੋ ਗਈ, ਉਹਨੂੰ ਕੱਲ੍ਹ ਨੂੰ ਕਿਸੇ ਕਿਸੇ ਕਲਾਕਾਰ
ਕਲਾਕਾਰ ਦੀ ਕੋਈ ਮਤਲਬ ਕੋਈ ਕੀ ਹੋਣਾ ਮੈਂ ਕਹਾਂ ਕਿਸੇ ਦੀ ਗਾਉਂਦੇ ਦੀ ਕੋਈ ਕਿਸੇ ਦਾ ਬੂਟ ਟੁੱਟ ਗਿਆ ਉਹ ਪਾ ਦਿਓ ਵੀ ਉਹ ਕਲਾਕਾਰ ਦਾ ਜੀ ਬੂਟ ਟੁੱਟ ਗਿਆ ਉਹਨੇ ਵਧੀਆ ਨਹੀਂ ਲਿਆ ਇਹ ਕੋਈ ਸੈਂਸ ਵਾਲੀਆਂ ਗੱਲਾਂ ਨਹੀਂ ਪਲੀਜ਼ ਤੁਹਾਨੂੰ ਮੇਰੀ ਸਾਰਿਆਂ ਨੂੰ ਇੱਕੋ ਬੇਨਤੀ ਆ ਸਪੈਸ਼ਲ ਮੀਡੀਆ ਨੂੰ ਪਲੀਜ਼ ਯਾਰ ਐਂ ਨਾ ਕਰੋ ਕਿਉਂਕਿ ਤੁਸੀਂ ਵੀ ਸਾਡੇ ਵਿੱਚੋਂ ਹੀ ਹੋ ਸਾਡੇ ਭਰਾ ਹੀ ਹੋ ਤੁਹਾਨੂੰ ਰਿਕੁਐਸਟ ਵੀ ਆ ਅੱਧੇ ਬੰਦੇ ਹੁਣ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਵਿੱਚ ਮੇਰੇ ਵੀ ਕਈ ਸੱਜਣ ਆ ਤੇ ਪਲੀਜ਼ ਆਹ ਕੰਮ ਨਾ ਕਰੋ ਯਾਰ ਆਹ ਜਿਹੜੇ ਕਰ ਰਹੇ ਆ ਅਗਲ ਦੇ ਹੱਥ ਮਾਰੋ ਸਿਆਣੇ ਬਣੋ ਕੋਈ ਵਧੀਆ ਕੰਮ ਕਰੋ ਤੇ ਇੱਕੋ ਤੁਹਾਨੂੰ ਬੇਨਤੀ ਆ ਸੁਧਰ ਜਾਓ ਘੈਂਟ ਹੋ ਜਾਓ ਜਾਂ ਐਵੇਂ ਨਾ ਕਰੋ ਮੇਰਾ ਵੀ ਰਿਕੁਐਸਟ ਆ ਤੁਹਾਨੂੰ ਸਾਰਿਆਂ ਨੂੰ ਠੀਕ ਆ ਜੀ ਤੇ ਬਾਕੀ ਹੋਰ ਤਾਂ ਕੁਛ ਨਹੀਂ ਯਾਰ ਸਵੇਰੇ ਸਵੇਰੇ ਮੂਡ ਜਿਹਾ ਹੋਰ ਕਰਤਾ ਤਾਂ ਕਰਕੇ ਲਾਈਵ ਹੋਣਾ ਪਿਆ ਨਹੀਂ ਤਾਂ ਮੈਂ ਕਦੇ ਹੁੰਦਾ ਨਹੀਂ ਸੀ ਤੇ ਬਾਕੀ ਲਵ ਯੂ ਸਾਰਿਆਂ ਨੂੰ ਸਾਰੇ ਤੁਸੀਂ ਪਿਆਰ ਕਰਦੇ ਹੋ ਸਾਰੇ ਸਪੋਰਟ ਕਰਦੇ ਹੋ ਜਿਉਂਦੇ ਵੱਸਦੇ ਰਹੋ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿੰਨੇ ਵੀ ਪਿਆਰ ਕਰਦੇ ਕਿਉਂਕਿ ਬਹੁਤ ਸਾਰੇ ਮੈਸੇਜ ਆਉਂਦੇ ਬਾਈ ਕੀ ਹੋ ਗਿਆ ਬਾਈ ਕੀ ਹੋ ਗਿਆ ਹਨਾ ਸੋ ਇਵੇਂ ਚੰਗਾ ਨਹੀਂ ਲੱਗਦਾ ਯਾਰ ਸੋ ਹੋਰ ਤਾਂ ਮੈਂ ਕੀ ਕਹਾਂ ਠੀਕ ਹੈ ਯਾਰ ਲਵ ਯੂ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ ਤੇ ਬਾਈ ਸੀਰਤ ਸੁਰਜੀਤ ਅੰਕਿਤ ਸ਼ੋਇਬ ਵਿਕਾਸ ਥੈਂਕ ਯੂ ਬਾਈ ਸਾਰਿਆਂ ਦਾ ਤੁਹਾਡਾ ਦਾ ਪਲੀਜ਼ ਵੀਡੀਓ ਕਾਲ ਕਰ ਲਓ ਵੀਡੀਓ ਕਾਲ ਕਿੱਥੇ ਕਰਾਂ ਮਾਮਾ ਤੇ ਇੱਕ ਬਾਈ ਕਹਿੰਦਾ ਲਵ ਯੂ ਟੂ ਬਾਈ ਜਿਉਂਦੇ ਵੱਸਦੇ ਰਹੋ ਯਾਰ ਤੇ ਇੱਕ ਕਹਿੰਦਾ ਕਿੱਦਾਂ ਜਾਣੇ ਮਨ ਵਧੀਆ ਵਧੀਆ ਜਾਣ ਗੁੱਡ ਜਾਣ ਸਾਰੇ ਭਰਾਵਾਂ ਨੂੰ ਇੱਕ ਕਹਿੰਦਾ ਲਵ ਯੂ ਟੂ ਭਰਾ ਲਵ ਯੂ ਟੂ ਸੋ ਠੀਕ ਆ ਜੀ ਸੋ ਮੇਰਾ ਮੇਰੇ ਪੱਤਰਕਾਰ ਭਰਾਵਾਂ ਨੂੰ ਜਿਹੜੇ ਨਿਊਜ਼ਾਂ ਛਾਪੀ ਜਾਂਦੇ ਐਵੇਂ ਆ ਕਰੀ ਜਾਂਦੇ ਪਲੀਜ਼ ਵੀਰੇ ਦੇਸ਼ ਆਪਣੇ 'ਚ ਹੋਰ ਬੜੇ ਕੰਮ ਹੋ ਰਿਹਾ ਉੱਧਰ ਕੁਛ ਕਰ ਲਓ ਐਵੇਂ ਬਿਨਾਂ ਗੱਲੋਂ ਨਾ ਖਾਜ ਕਰੋ ਯਾਰ ਪਤਾ ਕੀ ਹੈ ਚੰਗਾ ਨਹੀਂ ਲੱਗਦਾ ਯਾਰ ਉਵੇਂ ਠੀਕ ਆ ਮੈਂ ਗੱਡੀ 'ਚ ਹੋਵਾਂ ਮੇਰੇ ਕੋਲ ਪੇਪਰ ਨਾ ਹੋਣ ਚਲਾਣ ਹੋ ਜੇ ਕੋਈ ਮਰਜ਼ੀ ਕਰ ਦਿਓ ਯਾਰ ਕੋਈ ਲਿਖ ਦਿਓ ਕਰ ਦਿਓ ਠੀਕ ਆ ਸੈਂਸ ਬਣਦੀ ਮੈਂ ਗੱਡੀ 'ਚ ਵੀ ਨਹੀਂ ਹੈਗਾ ਅਤੇ ਗੱਡੀ ਕਿਉਂਕਿ ਆਪਾਂ ਮੈਂ ਪਹਿਲਾਂ ਵੀ ਦੱਸਿਆ ਜਦੋਂ ਵਾਸ਼ਿੰਗ ਵੂਸ਼ਿੰਗ 'ਤੇ ਗੱਡੀਆਂ ਆਪਣੀਆਂ ਜਾਂਦੀਆਂ ਆਪਾਂ ਸਾਰਾ ਕੁਛ ਪੇਪਰ ਪੂਪਰ ਘਰੇ ਕੱਢ ਲੈਂਦੇ ਹਾਂ ਕਿਉਂਕਿ ਵਾਸ਼ਿੰਗ ਵਾਲਾ ਆਪਣੇ ਜਮ੍ਹਾਂ ਹੀ ਨਾਲ ਆ ਵਾਸ਼ ਕਰਾ ਕੇ ਸਾਰਾ ਕੁਛ ਕਿਉਂਕਿ ਉੱਥੇ ਗੱਡੀ ਕੋਈ ਹੁੰਦਾ ਨਹੀਂ ਡਰਾਈਵਰ ਖੜੀ ਕਰ ਆਉਂਦਾ ਅਤੇ ਵਾਪਸ ਲੈ ਆਉਂਦਾ ਅਤੇ ਆਪਾਂ ਜਦੋਂ ਕਿਤੇ ਜਾਣਾ ਹੋਵੇ ਮੈਂ ਜਦੋਂ ਕਿਤੇ ਜਾਣਾ ਹੁੰਦਾ ਮੈਂ ਉਹ ਪੇਪਰ ਮੈਂ ਤੁਹਾਨੂੰ ਦੱਸਿਆ ਵੀ ਉਹ ਪੇਪਰ ਚੱਕ ਕੇ ਜਿਹੜੀ ਗੱਡੀ ਮੈਂ ਲੈ ਕੇ ਜਾਣੀ ਹੁੰਦੀ ਉਹ 'ਚ ਪਹਿਲਾਂ ਪੇਪਰ ਫਸਾਉਣਾ ਫਿਰ ਮੈਂ ਗੱਡੀ ਲੈ ਕੇ ਜਾਂਦਾ ਠੀਕ ਆ ਸੋ ਉਹ ਜਵਾਕ ਮੇਰਾ ਜਿਹੜਾ ਕਜ਼ਨ ਆ 20 ਸਾਲਾਂ ਦਾ ਉਹਨੂੰ ਇਹ ਚੀਜ਼ ਨਹੀਂ ਪਤਾ ਸੀ ਅਤੇ ਵਿਚਾਰਾ ਸਭੈਕ ਹੀ ਚੱਲ ਗਿਆ ਕਹਿੰਦੇ ਵਿੱਚ ਇੱਕ ਮੈਂ ਇੰਟਰਵਿਊ ਵੇਖੀ ਪੁਲਿਸ ਵਾਲਾ ਕਹਿੰਦਾ ਵਿੱਚ ਮਿਊਜ਼ਿਕ ਲਾਇਆ ਜੀ ਮਿਊਜ਼ਿਕ ਲਾਇਆ ਉਹਦੀ ਗਲਤੀ ਆ ਠੀਕ ਆ ਅਤੇ ਉਹ ਗਲਤੀ ਦਾ ਤੁਸੀਂ ਗੱਡੀ ਦਾ ਚਲਾਣ ਵੀ ਜੋ ਵੀ ਬਾਉਂਡ ਵੀ ਕਰਤੀ ਅਤੇ ਨੋਟ ਆ ਬਿਗ ਡੀਲ ਇਹ ਵਧੀਆ ਕੀਤਾ ਜੋ ਪੁਲਿਸ ਵਾਲਿਆਂ ਨੇ ਕੀਤਾ ਬਹੁਤ ਵਧੀਆ ਕੀਤਾ ਉਹਨਾਂ ਦੀ ਡਿਊਟੀ ਆ ਸੋ ਆ ਪੱਤਰਕਾਰਾਂ ਨੂੰ ਭਰਾ ਬਣ ਕੇ ਫਿਰ ਹੱਥ ਬੰਨੇ ਵੀ ਨਾ ਐਂ ਕਰੋ ਨਾ ਐਂ ਕਰੋ ਨਾ ਐਂ ਕਰੋ ਠੀਕ ਆ ਹੁਣ ਕਿਤੇ ਗਾਂ ਅਗਲੀ ਨਿਊਜ਼ ਨਾ ਲਾ ਦਿਓ ਮੁੜ ਕੇ ਰਤੌਲ ਹੱਥ ਬੰਨਦਾ ਸੀ ਚਲੋ ਭਰਾਵਾ ਲਾ ਸਕਦੇ ਹੋ ਲਾਈ ਚੱਲਿਓ ਪਰ ਇਹ ਚੰਗੀ ਚੀਜ਼ ਨਹੀਂ ਕਰਨ ਡੇ ਤੁਸੀਂ ਠੀਕ ਆ ਅਤੇ ਤੁਹਾਨੂੰ ਇੱਕੋ ਹੀ ਮੇਰੀ ਰਿਕੁਐਸਟ ਆ ਸਾਰੇ ਮੀਡੀਆ ਵਾਲਿਆਂ ਨੂੰ ਪਲੀਜ਼ ਥੋੜ੍ਹਾ ਜਿਹਾ ਸੁਧਰੋ ਯਾਰ ਥੋੜ੍ਹਾ ਜਿਹਾ ਕੋਈ ਜਿਹੜੀ ਨਿਊਜ਼ ਬਣਦੀ ਆ ਉਹ ਨਿਊਜ਼ ਪਾਓ ਐਵੇਂ ਬਿਨਾਂ ਗੱਲੋਂ ਸਾਡੇ ਖਾਜ ਨਾ ਕਰੋ ਪਲੀਜ਼ ਚਲੋ ਠੀਕ ਆ ਜੀ ਸਾਰਿਆਂ ਨੂੰ ਬਾਹਲਾ ਕੁਛ ਮੈਂ ਨਾ ਕਹਿੰਦਾ ਆ ਲਵ ਯੂ ਜਿਉਂਦੇ ਵੱਸਦੇ ਰਹੋ ਸਤਿ ਸ਼੍ਰੀ ਅਕਾਲ ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ ਫੀ ਰਿਲੀਫ ਹਮੇਸ਼ਾ ਯਾਦ ਰੱਖੋ ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ
तो वो भी मैं बड़ा रिलीफ मिले। यूज़ करो तो मैं प्रैक्टिकल यूज़ कर रहा।